ਲੰਗਰ ਦੀ ਗੱਲ ਕੀਤੀ ਤੁਸੀਂ ਚੰਗੇ ਚੰਗੇ ਰੈਸਟੋਰੈਂਟ ਦੇ ਖਾਣੇ ਨਾਲ ਸਾਡੇ ਭਰਾ ਸੈਮ ਹੋਣੀ ਸਪੈਸ਼ਲ ਬਲੌਗ ਬਣਾਉਣ ਪਹੁੰਚੇ ਆ ਮਾਂ ਚਿੰਤਪੁਰਨੀ ਦੇ ਦਰਬਾਰ ਤੇ ਬੜਾ ਚੰਗਾ ਲੱਗਦਾ ਬੜਾ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸੁਣੋ ਜੀ ਆਪਾਂ ਪ੍ਰਸ਼ਾਦ ਲੈ ਲਿਆ ਆਪਾਂ ਦਰਬਾਰ ਤੇ ਆ ਚੁੱਕੇ ਸੀਗੇ ਤੇ ਬਲੌਗ ਅੱਜ ਆਪਾਂ ਬਾਅਦ 'ਚ ਸ਼ੁਰੂ ਕਰਾਂਗੇ ਤੁਸੀਂ ਨਾ ਸਾਰਿਆਂ ਨੇ ਮਾਤਾ ਚਿੰਤਪੁਰਨੀ ਤਾਂ ਨਹੀਂ ਹੋ ਅਤੇ ਇੱਕ ਤੁਸੀਂ ਲਿਫਟ ਵਾਲਾ ਰਸਤਾ ਬਹੁਤ ਜਾਣਿਆਂ ਨੇ ਸੁਣਿਆ ਹੋਊਗਾ ਪਰ ਦੇਖਿਆ ਨਹੀਂ ਹੋਊਗਾ ਅੱਜ ਆਪਾਂ ਤੁਹਾਨੂੰ ਲਿਫਟ ਵਾਲੇ ਰਸਤੇ 'ਚ ਲੈ ਕੇ ਜਾਵਾਂਗੇ ਆਪਾਂ ਲੱਗ ਗਏ ਆਪਣੀ ਲਾਈਨ 'ਚ ਅਤੇ ਆਹ ਲਓ ਜੀ ਮੱਥਾ ਤਾਂ ਬਹੁਤ ਵਧੀਆ ਟੇਕਿਆ ਗਿਆ ਜੀ ਤੇ ਆਹ ਲਓ ਜੀ ਹੁਣ ਤੁਸੀਂ ਵੀ ਦੇਖ ਲਓ ਚਿੰਤਪੁਰਨੀ ਮਾਤਾ ਜੀ ਦੇ ਕਰ ਲਓ ਦਰਸ਼ਨ ਸਾਰੇ ਜਾਣੇ ਬਹੁਤ ਸੋਹਣਾ ਲੱਗ ਰਿਹਾ ਤੇ ਬੜਾ ਵਧੀਆ ਨਾ ਰਸ਼ ਬਹੁਤ ਜ਼ਿਆਦਾ ਸੰਗਤ ਬਹੁਤ ਜ਼ਿਆਦਾ ਵਾ ਅੱਜ ਜਿਵੇਂ ਕਿ ਤੁਹਾਨੂੰ ਪਤਾ ਜਗਰਾਉਂ ਸ਼ਹਿਰ 'ਚ ਆਪਣੇ ਜਗਰਾਉਂ ਸ਼ਹਿਰ ਸਾਰਾ ਹੀ ਪਹੁੰਚਿਆ ਹੈ ਮੇਰੇ ਹਿਸਾਬ ਨਾਲ ਤਾਂ ਤੇ ਲਓ ਜੀ ਦੇਖ ਲਓ ਕਿੰਨਾ ਰਸ਼ ਆਪਾਂ ਬੰਦੇ ਰਾਤ ਦੇ 9 ਵਜੇ ਹੋਇਆ ਜੀ ਤੇ 9 ਵਜੇ ਵੀ ਰਸ਼ ਦੇਖ ਲਓ ਤੁਸੀਂ ਦਰਬਾਰ ਤੇ ਬੜਾ ਚੰਗਾ ਲੱਗਦਾ ਸੋ ਮੱਥਾ ਟੇਕ ਕੇ ਵਿਹਲੀ ਹੋਏ ਸੀਗੇ ਤੇ ਸ਼ਰਮੇ ਦੇ ਦਰਸ਼ਨ ਹੋ ਗਏ ਮੈਂ ਕਿਹਾ ਭਰਾ ਨੂੰ ਮਿਲਿਆ ਜਾਵੇ ਤੇ ਭਰਾ ਜੀ ਤਾਂ 2 ਮਿੰਟ ਲੱਭੇ ਨੇ ਬਹੁਤ ਵਧੀਆ ਤੁਸੀਂ 2 ਮਿੰਟ ਦਿੱਤੇ ਜੈ ਮਾਤਾ ਦੀ ਜੈ ਮਾਤਾ ਦੀ ਸੁਣੋ ਜੀ ਆਪਾਂ ਮੱਥਾ ਵਗੈਰਾ ਟੇਕ ਕੇ ਹੁਣ ਆਪਾਂ ਆ ਗਏ ਆਪਣੀ ਦੁਕਾਨ ਤੇ ਸ਼ੂ ਆਪਾਂ ਪਾਲੇ ਤੇ ਦਰਸ਼ਨ ਇੰਨੇ ਵਧੀਆ ਹੋਏ ਨਾ ਤੇ 5 ਮਿੰਟਾਂ ਦੇ ਵਿੱਚ ਹੋ ਗਏ ਤੇ ਕਿਸਮਤ ਲੱਕੀ ਦੇਖ ਲਓ ਘਣਈਆ ਮਿੱਤਲ ਜੀ ਵੀ ਸਿੱਧਾ ਬਸ ਉੱਥੇ ਭਵਨ ਦੀ ਮਿਲੇ ਮੈਨੂੰ ਜਿਸਮ ਮੈਂ ਕਲਿੱਪ ਪਾਉਂਗਾ ਤੁਸੀਂ ਵੀਡੀਓ ਦੇਖ ਲਿਓ ਤੇ ਬਸ ਇੱਦਾਂ ਜਿਵੇਂ ਆਪਾਂ 2 ਜਣੇ ਖੜੇ ਨੇ ਐਂ ਖੜ ਕੇ ਹਾਏ ਹੈਲੋ ਹੋਈ ਬੜਾ ਵਧੀਆ ਲੱਗਿਆ ਯਾਰ ਤੇ ਬਸ ਮੈਂ ਪ੍ਰਸ਼ਾਦ ਤੇ ਖੜੇ ਆ ਆਹ ਲਓ ਜੀ ਹੈਪੀ ਜੀ ਪ੍ਰਸ਼ਾਦ ਲੈ ਰਿਹਾ ਬੜੇ ਭਾਈ ਸਰ ਥੋੜਾ ਦੇਖ ਕੇ ਲਗਾ ਲੈਣਾ ਵੀ ਰੇਟ ਹਮਕੋ ਹਾਂ ਹੈਪੀ ਕੀ ਲੈ ਲਿਆ ਬਸ ਉਹ ਮਾੜਾ ਲੋਕ ਜਿਹੜਾ ਹੁਣੇ ਮਾਰਦਾ ਵੀ ਆਫ ਕੈਮਰਾ ਬੈ ਜਿਆਦਾ ਸਾਰੇ ਲੈਣੇ ਆ ਕੀ ਕਿਹਾ ਜੀ ਜਿਆਦਾ ਸਾਰੇ ਲੈਣੇ ਭਰਾਵਾ ਹਿਸਾਬ ਨਾਲ ਲਾ ਲਈ ਠੋਕਣਾ ਨਹੀਂ ਮੰਜੀ ਠੀਕ ਹੈ ਯਾਰ ਵੀ ਆਪਣਾ ਭਰਾ ਇੱਥੇ ਹੁੰਦਾ ਹੀ ਰਹਿੰਦਾ ਸਾਰੀ ਰੇੜੀ ਤੇ ਲਓ ਜੀ ਬਸ ਉਹ ਦੇਖੋ ਉਹ ਭਰਾ ਸਾਰੇ ਉਹ ਸਾਰੇ ਸਾਰੇ ਯੋਧਾ ਠੀਕ ਹੈ ਭਰਾ ਵੀਰੇ ਤੁਸੀਂ ਆ ਕੇ ਜਗਰਾਓ ਵੇਚਣੇ ਤਾਂ ਨਹੀਂ ਇਹ ਮੈਨੂੰ ਲਾ ਵੇਚੂ ਜਾ ਕੇ ਜਗਰਾਓ ਬੰਦਾ ਆਪਣਾ ਜਗਰਾਉਣ ਵਾਲੇ ਜੀ ਦੇਖ ਲੋ ਜੇ ਇੰਨਾ ਰਸ਼ ਹੁੰਦਾ ਤਾਂ ਹੀ ਜਗਰਾਤਾ ਮੰਨਿਆ ਗਿਆ ਵਾ ਸਾਹਮਣੇ ਆ ਤੁਹਾਡੇ ਦੇਖ ਲੋ ਤੁਸੀਂ ਹਜੇ ਵੀ ਲਾਈਨ ਨਾਲ ਨਾਲ ਤੁਰੀ ਜਾਂਦੀ ਆ ਲੋ ਜੀ ਤੇ ਰਸ਼ ਦੀ ਗੱਲ ਕਰਾਂ ਲੋ ਜੀ ਰਸ਼ ਦੇਖ ਲੋ ਆਹ ਲਓ ਜੀ ਕਿੱਥੇ ਕਿੰਨੀ ਲੰਬੀ ਲਾਈਨ ਆ ਆਹ ਲਓ ਜੀ ਇੱਥੇ ਤੱਕ ਆ ਚੁੱਕੀ ਹੈ ਲਾਈਨ ਤੇ ਹਜੇ ਹੋਰ ਵੀ ਵਧੀ ਜਾਂਦੀ ਹੈ ਸੰਗਤ ਦੀ ਲਓ ਜੀ ਦੇਖ ਲਓ ਤੁਸੀਂ ਇਹ ਜਗਰਾਉਣ ਵਾਲਾ ਜਗਰਾਤਾ ਜੀ ਐਵੇਂ ਨਹੀਂ ਇੰਨਾ ਫੇਮਸ ਹੈਗਾ ਗਾ
ਸਲੋਹੀ ਜੀ ਸਾਨੂੰ ਫੂਡ ਖਾਂਦੇ ਆਣ ਨੂੰ ਤਾਂ ਬਹੁਤ ਦੇਖਿਆ ਹੋਊਗਾ ਅੱਜ ਅਸੀਂ ਲੰਗਰ ਸ਼ੇਅਰ ਕਰ ਰਹੇ ਹਾਂ ਅਤੇ ਜਿਹੜੇ ਵੀਰ ਆਪਣੇ ਨਾਲ ਆ ਮੈਨੂੰ ਤਾਂ ਨਾਮ ਦੱਸਣ ਦੀ ਮੈਨੂੰ ਲੋੜ ਹੈ ਨਹੀਂ ਅਤੇ ਵੀਰਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਵੀ ਨਰੁਲਾਵਾ ਜੀ ਤੁਸੀਂ ਸਾਰਿਆਂ ਨੂੰ ਯੂਟਿਊਬ ਅਤੇ ਫੇਸਬੁੱਕ 'ਤੇ ਵੀਰਾਂ ਨੂੰ ਦੇਖਿਆ ਹੋਊਗਾ ਵੀਰੇ ਮਾੜਾ ਜਿਹਾ ਦੋ ਅਕਸ਼ਰ ਸਾਡੇ ਚਾਹ ਨਾਲ ਲੈਣ ਦੀ ਤੁਹਾਡੇ ਭਾਅ ਜੀ ਆਹ ਲੰਗਰ ਦੀ ਗੱਲ ਕੀਤੀ ਤੁਸੀਂ ਚੰਗੇ ਚੰਗੇ ਰੈਸਟੋਰੈਂਟ ਦੇ ਖਾਣੇ ਨਾਲ ਬਿਲਕੁਲ ਮੈਂ ਵੀ ਪਹਿਲਾਂ ਦਾ ਵੀਡੀਓ ਇਹ ਕਲਿੱਪ ਕਿਆ ਕਹਿਣਾ ਵੀ ਲੰਗਰ ਨੂੰ ਕੋਈ ਰੇਟ ਨਹੀਂ ਉਹਨੂੰ 100 to 100 ਹੈ ਜੀ ਰਸਤੇ ਸਾਨੂੰ 10 ਰੈਸਟੋਰੈਂਟ ਆਏ ਬਟ ਅਸੀਂ ਕਿਹਾ ਲੰਗਰ ਖਾਣਾ ਤਾਂ ਅਸੀਂ ਲੰਗਰ ਹੀ ਖਾਣਾ ਸਹੀ ਗੱਲ ਹੈ ਜੀ ਨਹੀਂ ਤਾਂ ਆਪਾਂ ਦਿਲੋਂ ਰੋਜ਼ ਖਾਂਦੇ ਇਹਨਾਂ ਦੀ ਮਿਹਨਤ ਆ ਜੀ ਸਾਰੇ ਹੋਟਲਾਂ ਛੱਡ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਨਾ ਜੀ ਇਹ ਤਾਂ ਜਗਰਾਵਾਂ ਵਾਲਾ ਬਹੁਤ ਬੜਾ ਸਾਨੂੰ ਚਾਹ ਦੀ ਸਭ ਤੋਂ ਪਹਿਲਾਂ ਲੋੜ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਚਾਹ ਦਾ ਅਰੇਂਜਮੈਂਟ ਕਰਦੇ ਆ ਬੜਾ ਮੈਨੂੰ ਖੁਸ਼ੀ ਹੋਈ ਦੇਖ ਕੇ ਕਿ ਚਾਹ ਦਾ ਇਹਨਾਂ ਨੇ ਸਭ ਤੋਂ ਪਹਿਲਾਂ ਆਉਣ ਵਾਲਿਆਂ ਨੂੰ ਚਾਹ ਦਾ ਅਰੇਂਜਮੈਂਟ ਕਰਕੇ ਦਿੱਤੇ ਕਿਉਂਕਿ ਡਰਾਈਵਰ ਹੈ ਪਹਾੜੀ ਇਲਾਕਾ ਵਾ ਤੇ ਆਪਾਂ ਨੂੰ ਚਾਹ ਦੀ ਲੋੜ ਸਭ ਤੋਂ ਪਹਿਲਾਂ ਪੈਂਦੀ ਹੈ 22 ਸਾਲਾਂ ਤੋਂ ਚੱਲ ਰਿਹਾ 22 ਸਾਲ 22 ਸਾਲਾਂ ਤੋਂ ਚੱਲ ਰਿਹਾ ਰੇਲਵੇ ਰੋਡ ਤੋਂ ਸ਼ੁਰੂ ਹੈ ਫਿਰ ਇਹਨਾਂ ਦੁਰਗਾ ਸੇਵਾ ਮੰਡਲ ਦੇ ਸਾਰੇ ਹੀ ਸੇਵਾਦਾਰ ਬਹੁਤ ਹੀ ਲਾਈ ਦੇ ਪਾਤਰ ਨੇ ਬੜੀ ਵੱਡੇ ਲੈਵਲ ਦੀ ਇਹ ਸੇਵਾ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਜਗਰਾਉਂ ਦਾ ਜਾਗਰਣ ਹੋਵੇ ਤੇ ਸ੍ਰੀ ਨਵ ਦੁਰਗਾ ਸੇਵਾ ਮੰਡਲ ਦਾ ਨਾਮ ਸਭ ਤੋਂ ਉੱਪਰ ਆਉਂਦਾ ਇਹਦੇ ਵਿੱਚ ਦੂਰਾ ਹੈ ਹੀ ਨਹੀਂ ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਬਿਲਕੁਲ ਜੀ ਜੇ ਤੁਸੀਂ ਵੀ ਚਿੰਤਪੁਰਨੀ ਆਉਂਦੇ ਹੋ ਜਾਂ ਹਿਮਾਚਲ 'ਚ ਆਉਂਦੇ ਹੋ ਤੁਹਾਨੂੰ ਆਹ ਫਰੂਟ ਦਾ ਨਾਮ ਪਤਾ ਹੋਊਗਾ ਅਤੇ ਜਿਹਨਾਂ ਨੂੰ ਨਹੀਂ ਪਤਾ ਆਹ ਲਓ ਜੀ ਆਪਾਂ ਲਵਾਇਆ ਖਾਣ ਨੂੰ ਆਹ ਲਓ ਜੀ ਲਾਗੀ ਇਹਦਾ ਟੇਸਟ ਹੁੰਦਾ ਥੋੜ੍ਹਾ ਜਿਹਾ ਖੱਟਾ ਅਤੇ ਉਹ 'ਤੇ ਨਮਕ ਲਾ ਕੇ ਖਾਣ ਨੂੰ ਬਹੁਤ ਵਧੀਆ ਲੱਗਦਾ ਬਹੁਤ ਘੈਂਟ ਆਇਆ ਜੇ ਪੀਲਾ ਪੀਲਾ ਲਾਉਂਗੇ ਉਹ ਤਾਂ ਮਿੱਠਾ ਹੋਊਗਾ ਜੀ ਇੱਦਾਂ ਫੁੱਲ ਵਿਟਾਮਿਨ ਸੀ ਫਿਰ ਖੱਟਾ ਨਾਲ ਵਿਟਾਮਿਨ ਸੀ ਨਾਲ ਫੁੱਲ ਭਰਿਆ ਹੋਇਆ ਹੋਰ ਕੀ ਚਾਹੀਦਾ ਜੀ ਲੰਗਰ ਲੱਗਿਆ ਹੋਇਆ ਜੀ ਤੇ ਆਹ ਦੇਖ ਲਓ ਜਨਤਾ ਤੁਸੀਂ ਦੇਖ ਲਓ ਇਹਨਾਂ ਨੂੰ ਬਹੁਤ ਦੇਖੇ ਹੋਣਗੇ ਪਰ ਐਂ ਗੱਡੀ ਦੇ ਵਿੱਚ ਲੱਗਿਆ ਲੰਗਰ ਤੁਸੀਂ ਪਹਿਲੀਆਂ ਨਹੀਂ ਦੇਖ ਰਹੇ ਹੋਵੋਗੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਬੜਾ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਉਹਨੂੰ ਤਾਂ ਦੇਖਣ ਨੂੰ ਇੰਨਾ ਕੁ ਲੱਗ ਰਿਹਾ ਉਹਦਾ ਭਰਾ ਦੇਖ ਲਓ ਆਈਏ ਜਗਰਾਉਂ ਤੋਂ ਗੱਡੀ ਭਰ ਕੇ ਇਹ ਹੁੰਦਾ ਜਗਰਾਉਂ ਵਾਲੀ ਸੇਵਾ ਜੀ ਤੁਹਾਨੂੰ ਜਿਵੇਂ ਸਵੇਰ ਦੇ ਦਿਖਾਈ ਜਾਂਦੇ ਆ ਦੇਖ ਲਓ ਜੀ ਸੰਗਤ ਕਿਵੇਂ ਆ ਭਰਾ ਵਧੀਆ ਆਹ ਲਓ ਜੀ ਇੰਨੀ ਕਫੀਨ ਇਕੱਠੀ ਹੋ ਕੇ ਚੱਲੀ ਆ ਆਪਣੀ ਕਾਰ ਦੇ ਵਿੱਚ ਅਤੇ ਹੁਣ ਜੇ ਮੈਂ ਤੁਹਾਨੂੰ ਦੱਸਾਂ ਕਿੱਥੇ ਖੜ੍ਹੇ ਹਾਂ ਲਓ ਜੀ ਤੁਸੀਂ ਆਪ ਪੜ੍ਹ ਲਓ ਆਪਾਂ ਖੜ੍ਹੇ ਹਾਂ ਫਗਵਾੜੇ ਅਤੇ ਬਸ ਗਾਈਜ਼ ਹੁਣ ਥੱਕੇ ਬਹੁਤ ਜ਼ਿਆਦਾ ਹੋਏ ਆ ਰਾਤ ਦੇ 3 ਵਜੇ ਹੋਏ ਆ
ਤੇ ਜਿਵੇਂ ਤੁਹਾਨੂੰ ਦੱਸਿਆ ਉਹਦੇ ਪਹਿਲਾਂ ਅਸੀਂ ਬੈਠ ਕੇ ਜਗਰਾਤਾ ਦੇਖਣ ਲੱਗ ਗਏ ਤੇ ਹੁਣ ਬਸ ਇੱਥੋਂ ਤੁਰੇ ਹੋਏ ਹਾਂ ਤੇ ਫਗਵਾੜੇ ਪਹੁੰਚ ਚੁੱਕੇ ਹਾਂ ਜੀ ਤੇ ਬਸ ਹੁਣ ਆਪਾਂ ਚੱਲੇ ਹਾਂ ਇੱਥੋਂ ਦੀ ਜਗਰਾਓਂ ਵਾਪਸ ਤੇ ਹੁਣ ਇਹ ਆਪਾਂ ਅੱਜ ਦਾ ਵਲੋਗ ਇੱਥੇ ਹੀ ਖਤਮ ਕਰਦੇ ਹਾਂ ਲੈ ਲਊਂਗਾ ਅੰਸ਼ੂ ਇੱਕ ਹੋਰ ਲੈ ਲਾ ਵੀਰੇ ਇੱਕ ਹੋਰ ਲੈ ਲਾ सब्सक्राइब कर लो होर ऐदां दीआं नवीं नवीं चीजां तुहाडे लई लैके आउंदे रहांगे मिलदे तुहानूं किसे नवीं जगह ते नवें ब्लॉग दे नाल उदों तक लई बाय बाय टेक केयर एवरीवन।